ਦੋਸਤੋ ਤੁਹਾਡਾ ਵੀਰ ਚੌਧਰੀ ਆਸਰ ਪ੍ਰਿੰਸ ਇੱਕ ਨਵੀਂ ਵੀਡੀਓ ਰ ਇੱਕ ਨਵੇਂ ਟਾਪਿਕ ਦੇ ਨਾਲ ਹਾਜ਼ਰ ਹੈ ਤੇ ਟਾਪਿਕ ਅੱਜ ਦਾ ਬਹੁਤ ਜ਼ਬਰਦਸਤ ਹੈ ਅੱਜ ਜ਼ਿਲ੍ਹਾ ਵਿਹਾੜੀ ਮੋਜ਼ਾ ਮੁਹੰਮਦ ਸ਼ਾਹ ਦੇ ਵਿੱਚ ਅੱਜ ਆਪਣੇ ਦੋਸਤਾਂ ਦੇ ਨਾਲ ਜਿਹੜਾ ਸ਼ੌਕ ਕਰ ਰਹੇ ਆ ਆਪਣਾ ਦੋਸਤ ਵੀ ਸਾਡੇ ਦੋ ਤਿੰਨ ਨੇ ਸ਼ਾਜੀ ਬੁਖਾਰੀ ਸਾਹਿਬ ਸਾਡੇ ਕੋਲ ਬੈਠੇ ਨੇ ਫਰੂਕ ਭਾਈ ਨੇ ਅਫਜ਼ਲ ਭਾਈ ਦੇ ਛੋਟੇ ਭਾਈ ਨੇ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸ਼ੌਕ ਦਾ ਔਰ ਬਹੁਤ ਅੱਛੇ ਅੱਛੇ ਆ ਨਾਇਆਬ ਪ੍ਰਿੰਦੇ ਔਰ ਕਬੂਤਰ ਜਿਹੜੇ ਆ ਸਾਡੇ ਕੋਲ ਨੇ ਔਰ ਇਨਾ ਇਨਾ ਦਾ ਮੈਂ ਇੱਕ ਇੱਕ ਚੀਜ਼ ਦੋ ਤਿੰਨ ਕਬੂਤਰ ਇੱਕ ਐਸੇ ਨੇ ਇਹਨਾਂ ਦੀ ਸਕੂਟਰ ਬਰੀਡ ਚ ਜਿਹੜਿਆ ਇਹਨਾਂ ਨੇ ਕ੍ਰਾਸ ਕਰਕੇ ਇਹ ਚੀਨੇ ਬਣਾਏ ਨੇ ਤੇ ਉਹ ਮੈਂ ਤੁਹਾਨੂੰ ਜਿਹੜਾ ਕਲੋਜ਼ ਤੋਂ ਸ਼ੋਅ ਕਰਾ ਕੇ ਜਿਹੜਾ ਦਿਖਾਉਣਾ ਵਾ ਉਸਤਾ ਦੇ ਮਹਤਰ ਨੂੰ ਜ਼ਰਾ ਫੜ ਕੇ ਐਸ ਕਬੂਤਰ ਦੀ ਅੱਖ ਦਾ ਸ਼ੋਅ ਕਰਾਇਓ ਇਹ ਚੀਜ਼ ਵੀ ਤੁਹਾਨੂੰ ਜਿਹੜੀ ਹੈ ਇੱਕ ਚੋਰੀ ਆਸਫ ਪ੍ਰਿੰਸ ਨਵੀਂ ਦਿਖਾ ਰਿਹਾ ਵਾ ਕਲੋਜ਼ ਤੋਂ ਇਸ ਦੀ ਅੱਖ ਅੱਖ ਔਰ ਇਸ ਦੇ ਖਾਸ ਕਰ ਰਿੰਗ ਜਿਹੜੇ ਆ ਤੁਸੀਂ ਦੇਖਿਓ ਇੱਕ ਵਾਰੀ ਤੁਸੀਂ ਚੌਂਕ ਜਾਓਗੇ ਇਹ ਚੀਜ਼ ਦੇਖੋ ਜੀ ਮਾਸ਼ਾਅੱਲਾ ਹੈ ਪਿਓਰਟੀ ਔਰ ਇਸ ਦੇ ਜਿਹੜੇ ਰਿੰਗ ਨੇ ਇਹ ਤੁਸੀਂ ਹੋਰ ਕਰ ਸਕਦੇ ਹੋ ਪਹਿਲੇ ਰੈੱਡ ਸ਼ੁਰੂ ਹੋ ਰਿਹਾ ਫਿਰ ਵਾਈਟ ਹੋ ਰਿਹਾ ਫਿਰ ਉਸ ਦੇ ਉੱਤੇ ਜਿਹੜਾ ਵਾ ਖਾਕਸਤਰੀ ਹੋ ਰਿਹਾ ਫਿਰ ਉਸ ਦੇ ਉੱਤੇ ਜਿਹੜਾ ਹੈ ਡੇਲਾ ਆਪਣਾ ਉੱਤੇ ਕੀ ਕਹਿੰਦੇ ਆ ਸਾਜੀ ਨੂੰ ਪਰਵਟਾ ਐ ਪਰਵਟਾ ਤੁਸੀਂ ਦੇਖ ਸਕਦੇ ਹੋ ਔਰ ਮਜ਼ੇਦਾਰੀ ਦੀ ਗੱਲ ਇਸ ਦੀ ਨਫਾਸਤ ਤੇ ਖੂਬਸੂਰਤੀ ਦੇਖੋ ਔਰ ਇਸ ਦੇ ਪਰ ਇਸ ਦੀ ਲਾਮ ਕੀ ਬਾਤ ਹੈ ਇਹ ਦੇਖੋ ਇਸ ਦੀ ਪੂੰਛ ਮਾਸ਼ਾਅੱਲਾ ਜੀ ਉਹ ਜਿਵੇਂ ਉਹ 우ਸਤਾਦ ਮੀਟਰ ਵਾਲੇ ਦੱਸ ਰਹੇ ਹੁੰਦੇ ਹਾਈ ਫਲਾਇਰ ਦੇ ਕਿਸ ਦੀ ਪੁੰਛ ਦੇਖ ਲੋ ਕਿੰਨੀ ਵੱਡੀ ਹੈ ਔਰ ਕਿਤਨਾ ਲੰਬਾ ਵਾ ਮਾਸ਼ਾ ਅੱਜ ਕੱਲ ਇਦਾਂ ਦੇ ਕਬੂਤਰ ਤੇ ਖਾਸ ਕਰ ਨਾ ਪੈਦ ਹੋਏ ਹਨ ਲੇਕਿਨ ਬਹੁਤ ਅੱਛੀ ਗੱਲ ਆ ਜ਼ਾਹਦ ਭਾਈ ਉਹਨਾਂ ਨੇ ਹਰੂਨ ਬੁਖਾਰੀ ਸਾਹਿਬ ਨੇ ਔਰ ਅਫਜ਼ਲ ਭਾਈ ਨੇ ਇਹਨਾਂ ਨੇ ਕਰਾਸ ਕਰਾ ਕਰਾਈ ਨੇ ਅੱਛੀਆਂ ਬਰੀਡਾਂ ਜਿਹੜੀਆਂ ਬਣਾ ਲੀਆਂ ਨੇ ਇੱਥੇ ਇੱਥੇ ਇਸ ਤਰ੍ਹਾਂ ਜੀ ਉਹਦੇ ਰੱਖੋ ਇੱਥੇ ਇੱਥੇ ਇਹ ਚੀਜ਼ ਦਾ ਫਿਰ ਮੈਂ ਤੁਹਾਨੂੰ ਇੱਕ ਵਾਰੀ ਸ਼ੋਅ ਕਰਾ ਦਵਾਂ ਐ ਤੁਸੀਂ ਦੇਖ ਸਕਦੇ ਹੋ ਐ ਕੀ ਪਿਓਰਿਟੀ ਹੈ ਯਾਰ ਇਸ ਦੇ ਵਿੱਚ ਤੇ ਇਹ ਚੀਜ਼ ਦੇਖੋ ਤੁਸੀਂ ਇੱਕ ਇੱਕ ਚੀਜ਼ ਤੁਹਾਨੂੰ ਜਿਹੜੀ ਆਵਾਜ਼ ਆ ਕਰਕੇ ਅਸੀਂ ਦਿਖਾ ਰਹੇ ਹਾਂ ਮੈਂ ਇਸ ਦੀ ਤਸਵੀਰ ਵੀ ਲੈ ਲਵਾਂ ਤਾਂ ਕਿ ਅ ਦੋਸਤ ਜਿਹੜੇ ਕਲੋਸ ਤੋਂ ਦੇਖ ਸਕਣ ਜੀ ਦੋਸਤੋ ਇਹ ਤੁਸੀਂ ਚੈੱਕ ਕਰ ਸਕਦੇ ਇੱਕ ਹੋਰ ਪੱਠਾ ਜਿਹੜਾ ਕਬੂਤਰ ਕਬੂਤਰੀ ਆ ਕ ਕਬੂਤਰੀ ਆ ਹਾਲਾਂਕਿ ਲੱਗ ਪੱਠੀ ਰਹੀ ਆ ਲੇਕਿਨ ਇਹ ਪੂਰੀ ਜਿਹੜੀ ਅਮਲਾਂ ਦੀ ਪੂਰੀ ਆ ਇਹਦੇ ਇਹਦੇ ਬੱਚੇ ਵੀ ਮੈਂ ਤੁਹਾਨੂੰ ਸ਼ੋਅ ਕਰਾਂਦਾ ਬੱਚਿਆਂ ਦੀ ਖਾਸ ਕਰ ਇਸ ਦੀ ਖੂਬਸੂਰਤੀ ਦੇਖੋ ਥੱਲੋਂ ਉਸਤਾਜੀ ਜਰਾ ਅਗਰ ਤੁਸੀਂ ਦਿਖਾਓ ਕਿਆ ਸ਼ਾਈਨਿੰਗ ਆ ਇਸ ਦੀ ਯਾਰ ਕਿਆ ਨਫਾਸਤ ਹੈ ਔਰ ਛੋਟੇ ਪੰਨੇ ਔਰ ਸਿੱਧੇ ਵੀ ਛੁੱਟ ਸਕਦੇ ਆ ਔਰ ਇਹਨਾਂ ਨੂੰ ਅਗਰ ਮਸਾਲਾ ਦੇ ਕੇ ਢਾਇਆ ਜਾਵੇ ਤੇ ਇਹ ਪੂਰਾ ਮਸਾਲਾ ਵੀ ਚੱਕਦੇ ਨੇ ਇਹਨਾਂ ਦੇ ਵਿੱਚ ਕੁਆਲਿਟੀ ਔਰ ਇਹ ਅਲਿਫ ਨੋਕੀ ਆ ਔਰ ਇਸ ਦੇ ਮੈਂ ਤੁਹਾਨੂੰ ਕਬੂਤਰ ਜਿਹੜਾ ਇਸ ਦਾ ਪੱਠਾ ਵਾਸ ਦਾ ਅਗਰ ਮੈਂ ਤੁਹਾਨੂੰ ਸ਼ੋਅ ਕਰਾਵਾਂ ਤਾਂ ਦਿਲ ਗਾਰਡਨ ਗਾਰਡਨ ਹੋ ਜਾਏਗਾ ਪਹਿਲੇ ਇਸ ਦਾ ਮੈਂ ਮਾਂ ਦਾ ਸ਼ੋਅ ਕਰਾ ਦਵਾ ਤੇ ਫਿਰ ਜਿਹੜਾ ਇਸ ਦੇ ਪੁੱਤ ਦਾ ਸ਼ੋਅ ਕਰਾਉਂਦਾ ਵਾਂ ਤੇ ਇਸ ਬਰੀਡ ਨੂੰ ਅੱਜ ਚੌਰੀ ਆਸਫ ਪ੍ਰਿੰਸ ਇੱਕ ਨਵਾਂ ਨਾਮ ਦੇ ਕੇ ਜਾ ਰਿਹਾ ਇਸ ਦਾ ਨਾਂ ਰੱਖ ਰਹੇ ਹਾਂ ਅਸੀਂ ਨਾਂਗ ਬਰੀਡ ਇਸ ਨਾਂਗ ਬਰੀਡ ਨਾਂਗ ਬਰੀਡ ਮੈਂ ਮਾਲ ਦੇਖ ਕੇ ਨਹੀਂ ਰੱਖਿਆ ਇਸ ਦੇ ਪੱਠੇ ਵਾਲ ਇਸ ਦੇ ਕਬੂਤਰਲ ਦੇਖ ਕੇ ਰੱਖਿਆ ਹੈ ਫਰੂਖ ਭਾਈ ਇਹ ਨਾਂਗ ਕਬੂਤਰ ਮਜ਼ਰਾ ਲਿਆਓ ਨਾ ਇਹ ਕਬੂਤਰ ਦਾ ਜੀ ਮੈਂ ਨਾਮ ਨਾਂਗ ਰੱਖਿਆ ਹੋਆ ਔਰ ਇਸ ਬਰੀਡ ਦਾ ਨਾਮ ਅਜ ਤੋਂ ਬਾਅਦ ਜ਼ਾਹਿਦ ਭਾਈ ਉਹਨਾਂ ਦੀ ਮੈਂ ਰੱਖ ਕੇ ਜਾ ਰਿਹਾ ਹਾਂ ਨਾਂਗ ਬਰੀਡ ਤੇ ਤੁਸੀਂ ਇਸ ਦੀ ਨਫਾਸਤ ਇਸ ਦੇ ਪਾਰ ਇਸ ਦੀ ਚੈੱਕ ਕਰੋ ਅੱਖ ਸਭ ਤੋਂ ਪਹਿਲੇ ਉਸਤਾਦ ਜੀ ਅੱਖ ਦਾ ਸ਼ੌਕ ਕਰਾਓ ਇਸ ਦਾ ਇਹ ਜੀ ਇਸ ਦੀ ਅੱਖ ਹੈ ਇਹ ਐਤੀਸ ਦੇਖ ਸਕਦੇ ਹੋ ਮਾਸ਼ਾਅੱਲਾ ਔਰ ਇਸ ਦੀ ਰਿੰਗ ਵੀ ਮੈਂ ਕਲੋਜ਼ ਕਰਕੇ ਤੁਹਾਨੂੰ ਦਿਖਾ ਸਕਦਾ ਐ ਅੱਜ ਜੀ ਸਾਡੇ ਵੀਰ ਚੌਧਰੀ ਜ਼ਾਹਦ ਜੱਟ ਸਾਹਿਬ ਦਾ ਸ਼ੌਕ ਆ ਇਹ ਚੋਰੀ ਸੁਲਤਾਨ ਗਰੁੱਪ ਦਾ ਹਿੱਸਾ ਨੇ 우ਸਤਾਦ ਚੋਰੀ ਸੁਲਤਾਨ ਸਾਹਿਬ ਦੇ ਬੜੇ ਚਾਹੇਤੇ ਸ਼ਾਗਿਰਦ ਨੇ ਔਰ ਸਾਡੇ ਕਜ਼ਨ ਨੇ ਅੱਜ ਇਹਨਾਂ ਦੇ ਡੇਰੇ ਤੇ ਆ ਕੇ ਸ਼ੌਕ ਕਰਨ ਦਾ ਬੜਾ ਮਜ਼ਾ ਆ ਰਿਹਾ ਔਰ ਚੋਰੀ ਜ਼ਾਹਦ ਜੱਟ ਸਾਹਿਬ ਦਾ ਬੜਾ ਜਿਹੜਾ ਸਾਨੂੰ ਨਾ ਇਹ ਇਤਰਾਜ਼ ਸੀ ਕਿ ਚੋਰ ਸਾਹਿਬ ਤੁਸੀਂ ਸ਼ਾਗਿਰ ਤੇ ਸਾਨੂੰ ਜਿਹੜਾ ਕਰ ਲਿਆ ਲੇਕਿਨ ਸਾਡੇ ਡੇਰੇ ਤੇ ਸਾਡੇ ਸ਼ੌਕ ਨਹੀਂ ਤੁਸੀਂ ਚੈੱਕ ਕਰ ਰਹੇ ਉਹ ਭਾਈ ਜਨ ਤੁਹਾਡਾ ਸ਼ੌਕ ਦੇਖ ਕੇ ਤੇ ਸਾਨੂੰ ਆਪਣਾ ਸ਼ੌਕ ਜਿਹੜਾ ਫਿੱਕਾ ਲੱਗਣ ਲੱਗ ਪਿਆ ਹੈ ਅੱਲਾਹ ਤਾਲਾ ਤੁਹਾਡੇ ਸ਼ੌਕ ਨੂੰ ਜਿਹੜਾ ਸਲਾਮਤ ਰੱਖੇ ਖਾਸ ਕਰ ਜਿਹੜੇ ਜਿਹੜੇ ਦੋਸਤ ਤੁਹਾਡੇ ਦੋਸਤ ਨੇ ਉਹ ਉਹ ਤੁਹਾ ਨਾਲ ਜੁੜੇ ਹੋਏ ਨੇ ਅੱਲਾਹ ਤਾਲਾ ਤੁਹਾਡਾ ਪਿਆਰ ਮੁਹੱਬਤ ਸਲਾਮਤ ਰੱਖੇ ਬੜੀ ਮੁਹੱਬਤ ਕਰਨ ਵਾਲਿਆ ਵਿਹਾੜੀ ਦੇ ਲੋਕ ਇਹ ਚੀਜ਼ ਚੈੱਕ ਕਰ ਸਕਦੇ ਹੋ ਇਸ ਦੀ ਇਸ ਦਾ ਨਾਮ ਜਿਵੇਂ ਰੱਖਿਆ ਨਾਂਗ ਬਰੀਡ ਉਸਤਾਦ ਜੀ ਇਸ ਦਾ ਇਸ ਦੀ ਜਿਹੜਾ ਨਾ ਪੰਜੇ ਵੀ ਸ਼ੌਕ ਚੈੱਕ ਕਰੋ ਐ ਤੁਸੀਂ ਦੇਖ ਸਕਦੇ ਹੋ ਜੀ ਇਸ ਦੇ ਪੰਜਿਆਂ ਦਾ ਸ਼ੌਕ ਬਿਲਕੁਲ ਖੁਸ਼ਕ ਨੇ ਮਾਸ਼ੱਲਾਹ ਅਤੇ ਵਾਈਟ ਨਖਨ ਨੇ ਉਸਤਾਦ ਜੀ ਇਸ ਦੀ ਨਾ ਪੂੰਛ ਪੂੰਛ ਦਾ ਵੀ ਇਹ ਸ਼ੌਕ ਕਰਾਓ ਇਸ ਬਰੀਡ ਨੂੰ ਮੈਂ ਨਾਂਗ ਬਰੀਡ ਕਿਉਂ ਕਿਹਾ ਗਿਆ ਹੈ ਬਿਲਕੁਲ ਬੰਦ ਪੂੰਛ ਉਸਤਾਦ ਜੀ ਇਸ ਪੂੰਛ ਦਾ ਨਾਮ ਕੀ ਕੀ ਲੈਂਦੇ ਸੀ ਇਹ ਬੱਤੀ ਪੂੰਛ ਇੱਕ ਵਾਰੀ ਸ਼ੌਕ ਫੇਰ ਕਰਾਓ ਜਰਾ ਇਸ ਦਾ ਇੱਕ ਉਸਤਾਦ ਨੇ ਇੱਥੇ ਇੱਥੇ ਹੱਥ ਨਹੀਂ ਰੱਖੇ ਜਿਵੇਂ ਉੱਚੀ ਵਾਲੇ बिलकुल लैवल तीस की पूछ देखो और कितनी नफासत है और इतो इतने तक जोड़ बिलकुल बंब ने और कबूतर बिलकुल सख्ती कर रहा वेड़ा कबूतर हाथा ही सख्ती करे वो नसल अपनी मना ਇਹ ਵੀ ਇੱਕ ਹੋਰ ਨਾਇਆਬ ਪੰਖੀ ਜਿਹੜਾ ਸਾਡੇ ਹੱਥਾਂ 'ਚ ਆਇਆ ਜ਼ਾਹਦ ਭਾਈ ਅੱਜ ਤੁਹਾਡੇ ਜਿਹੜਾ ਵਾ ਜਿਵੇਂ ਤੁਸੀਂ ਕਹਿੰਦੇ ਯਾਰ ਸਾਡਾ ਤੁਸੀਂ ਸ਼ੌਕ ਨਹੀਂ ਚੈੱਕ ਕਰੰਦੇ ਇਹ ਦੇਖ ਲਓ ਇੱਕ ਇੱਕ ਚੀਜ਼ ਦਾ ਸੀ ਨਖਨ ਨੱਕ ਚੁੰਝ ਹਰ ਹਰ ਚੀਜ਼ ਦਾ ਜਿਹੜਾ ਤੁਹਾਡਾ ਸ਼ੌਕ ਕਰਾ ਰਿਹਾ ਅੱਲਾਹ ਤਾਲਾ ਜੀ ਜ਼ਰ ਤਾਨੂੰ ਫਤਿਹ ਦੇਗੀ ਤੁਹਾਡੇ ਕੋਲ ਪਰਿੰਦੇ ਬਹੁਤ ਅੱਛੇ ਆ ਔਰ ਖਾਸ ਕਰ ਤੁਹਾਡੇ ਤੁਹਾਡੇ ਕੋਲ ਜਿਹੜਾ ਉਸਤਾਦ ਬੜਾ ਕਾਮਲ ਹੈ ਮਾਸ਼ਾ ਅੱਲਾਹ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਰਖ اور پرخ ਜਿਹੜੀ ਆ ਚੌਧਰੀ ਆਸਪ੍ਰਿੰਸ ਦੀ ਮਾਸ਼ਾਅੱਲਾ ਬਹੁਤ ਹੈ ਔਰ ਇਹ ਦੁਆ ਵੀ ਹੈ ਕਿ ਜਿੱਥੇ ਜਿੱਥੇ ਵੀ ਤੁਸੀਂ ਜਿਹੜਾ ਪੁਆਇੰਟ ਛਡੋ ਅੱਲਾ ਤਾਲਾ ਦੀ ਜ਼ਾਤ ਤੁਹਾਨੂੰ ਬਾਜ਼ੀਆਂ ਜਿਤਾਵੇ ਇਹ ਚੀਜ਼ ਤੁਸੀਂ ਦੇਖ ਸਕਦੇ ਹੋ ਇਸ ਨੂੰ ਮੈਂ ਕਲੋਜ਼ ਤੋਂ ਇਹਦੇ ਇਹਦੇ ਰਿੰਗ ਵੀ ਤੁਹਾਨੂੰ ਦਿਖਾ ਰਿਹਾ ਇਹ ਚੀਜ਼ ਇਹ ਦੇਖ ਲਓ ਇਹ ਇਹ ਬਿਲਕੁਲ ਪਿਓਰਟੀ ਔਰ ਮਜ਼ੇਦਾਰੀ ਦੀ ਗੱਲ ਇਸ ਦੇ ਅੱਖ ਦਾ ਜਿਹੜਾ ਨੂਰ ਹੈ ਬਿਲਕੁਲ ਛੋਟਾ ਜਿਹਾ ਸਾਈਡ ਤੋਂ ਬਿਲਕੁਲ ਸ਼ਾ ਅੱਖਾ ਔਰ ਅਲੀਫ ਨੋਕਾ ਅਲੀਫ ਨੋਕਾ ਔਰ ਕਾਲ ਨੋਕਾ ਐਸੇ ਹੀ ਹੈ ਨਾ ਇਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਇੱਕ ਨਵੀਂ ਚੀਜ਼ 자ਹਦ ਭਾਈ ਦੇ ਖੁੱਡੇ ਜਿਵੇਂ ਸਾਨੂੰ ਨਜ਼ਰ ਆਈ ਹੈ ਇਹ ਸ਼ਾਇਦ ਮੇਰਾ ਖਿਆਲ ਹੈ ਕਿ ਕਿਸੇ ਕਿਸੇ ਭਾਈ ਦੇ ਕੋਲ ਹੀ ਹੋਵੇ ਤੇ ਇਸ ਸਾਈਡ ਤੋਂ ਅੱਖ ਖੱਟੀ ਹੈ ਤੇ ਕਾਲੀ ਹੈ ਔਰ ਕਿਆ ਹੀ ਬਾਤ ਹੈ ਕਿਆ ਹੀ ਇਸ ਦੇ ਵਿੱਚ ਨਫਾਸਤ ਹੈ ਇਸ ਦੀ ਇਸ ਦੇ ਪੰਜਿਆਂ ਦਾ ਸ਼ੋਕ ਵੀ ਕਰਾਉਣਾ ਉਸਤਾਦ ਜੀ ਛੋਟੇ ਪੰਜੇ ਨੇ ਔਰ ਡਾਇਰੈਕਟ ਛੁੱਟਣ ਵਾਲੇ ਮਿੱਠੇ ਕਬੂਤਰ ਨੇ ਔਰ ਵਿਹਾੜੀ ਦੇ ਵਿੱਚ ਜਿੰਨੇ ਵੀ ਦੋਸਤਾਂ ਦਾ ਅਸੀਂ ਸ਼ੌਕ ਕੀਤਾ ਵਾ ਇਹ ਕਾਫੀ ਜਿਹੜਾ ਉਹੀ ਕਬੂਤਰ ਰੱਖਦੇ ਨੇ ਜਿਹੜੇ ਕਿ ਸਿੱਧੇ ਛੁੱਟਣ ਵਾਲੇ ਆ ਇਹ ਮਾਸ਼ਾਅੱਲਾ ਕਬੂਤਰ ਆਇਆ 우ਸਤਾਦ ਦੋਹਾਂ ਹੱਥਾਂ 'ਚ ਫੜ ਰਿਹਾ ਦੇਖੋ ਜੀ ਇਤਨਾ ਬੜਾ ਔਰ ਇਤਨਾ ਸਿਹਤਮੰਦ ਕਬੂਤਰ ਔਰ ਬਹੁਤ ਲੰਬਾ ਇਸਦੇ ਇਸ ਦਾ ਇਸ ਦੀ ਲੰਮ ਚੈੱਕ ਕਰੋ ਤੁਸੀਂ ਔਰ ਇਸ ਦੀ ਪਿਓਰਿਟੀ ਅੱਖ ਦੀ ਇਹ ਐ ਚੀਜ਼ ਅਜ਼ੂਮ ਕਰਕੇ ਮੈਂ ਆਪਣੇ ਦੋਸਤਾਂ ਨੂੰ ਦਿਖਾਣਾ ਵਾ ਉਹ ਜਿਤਨੇ ਵੀ ਦੋਸ ਸਾਡੇ ਇੰਡੀਆ ਅਮਰੀਕਾ ਯੂਕੇ ਦੁਬਈ ਤੋਂ ਸਾਨੂੰ ਦੇਖ ਰਹੇ ਨੇ ਉਹ ਸਿੱਖ ਭਰਾ ਨੇ ਉਹ ਸਾਡੇ ਚੈਨਲ ਨੂੰ ਜਿਹੜਾ ਲਾਈਕ ਕਰਨ ਕਮੈਂਟ ਕਰਨ ਸਬਸਕ੍ਰਾਈਬ ਕਰਨ ਔਰ ਲਾਜ਼ਮੀ ਸ਼ੇਅਰ ਕਰਨ ਕਿਉਂਕਿ ਚੌਧਰੀ ਆਸਫ ਪਰਿੰਦਾ ਮੋਟਿਵ ਇਹੀ ਹੈ ਕਿ ਅੱਛੀ ਚੀਜ਼ ਅਗਰ ਨਾਇਆਬ ਪਰਿੰਦਾ ਹੋਵੇ ਤਾਂ ਉਹ ਤੁਹਾਡੇ ਸਾਹਮਣੇ ਸ਼ੋਅ ਕਰਾਇਆ ਜਾਵੇ ਇੱਕ ਚੀਜ਼ ਤੁਸੀਂ ਦੇਖੀ ਹੈ ਕਿ ਇਹ ਸਕੂਟਰ ਬਰੀਡ ਇਹਨਾਂ ਦੀ ਔਰ ਜਿਹੜੀ ਬਰੀਡ ਦਾ ਇੱਕ ਮੈਂ ਨਾਮ ਰੱਖਿਆ ਨਾਕ ਬਰੀਡ ਤੇ ਇਹ ਤੁਸੀਂ ਦੇਖ ਸਕਦੇ ਇਹਨਾਂ ਦੇ ਪੰਜੇ ਬਿਲਕੁਲ ਛੋਟੇ ਨੇ ਔਰ ਖੁਸ਼ਕ ਨੇ ਨਾ ਕਰਨ ਜਿਹੜੇ ਇਹਨਾਂ ਦੇ ਵਾਈਟ ਨੇ ਤੇ ਬਹੁਤ ਸਾਰੇ ਦੋਸਤਾਂ ਦਾ ਇਹ ਸਵਾਲ ਹੁੰਦਾ ਹੈ ਕੁਐਸਚਨ ਹੁੰਦਾ ਹੈ ਕਿ ਚੌਧਰੀ ਸਾਹਿਬ ਸਾਨੂੰ ਮਿੱਠੇ ਕਬੂਤਰਾਂ ਔਰ ਕੋੜੇ ਕਬੂਤਰਾਂ ਦੇ ਵਿੱਚ ਫਰਕ ਦੱਸ ਦਿਓ ਵੀਰ ਜੀ ਅੱਜ ਚੌਧਰੀ ਆਸਪ੍ਰਿੰਸ ਇਹ ਵੀ ਤੁਹਾਡਾ ਨਾਲ ਸ਼ੇਅਰ ਕਰ ਦਿੰਦਾ ਕਿ ਮਿੱਠੇ ਔਰ ਆਪਣਾ ਕੋੜੇ ਕਬੂਤਰਾਂ ਦਾ ਫਰਕ ਇਹ ਹੁੰਦਾ ਕਿ ਜਿਹੜੇ ਕਬੂਤਰ ਮਿੱਠੇ ਹੁੰਦੇ ਉਹਨਾਂ ਦੀ ਚੁੰਝ ਛੋਟੀ ਹੁੰਦੀ ਹੈ ਉਹਨਾਂ ਦਾ ਅੱਖ ਦਾ ਜਿਹੜਾ ਡੇਲਾ ਵਾ ਲੈਂਸ ਆ ਫੁੱਲ ਫੁੱਲ ਬਾਰ ਹੁੰਦਾ ਹੈ ਇਹ ਉੱਤੇ ਵਾਲੀ ਜਿਹੜੀ ਹੈ ਇਹਨੂੰ ਸਿਰ ਕਹਿੰਦੇ ਆ ਬਿਲਕੁਲ ਲੈਵਲ ਤੇ ਹੁੰਦਾ ਔਰ ਪੰਜੇ ਬਿਲਕੁਲ ਬਾਰੀਕ ਹੁੰਦੇ ਆ ਛੋਟੇ ਹੁੰਦੇ ਆ ਇੰਡੀਆ ਦੇ ਕਾਫੀ ਦੋਸਤ ਸਾਨੂੰ ਸਵਾਲ ਕਰਦੇ ਕਿ ਜੁਰ ਸਾਹਿਬ ਮਿੱਠੇ ਕਬੂਤਰਾਂ ਤੇ ਇੱਕ ਵੀਡੀਓ ਬਣਾਓ ਤੇ ਉਹ ਦੋਸਤ ਵੀ ਜਿਹੜੇ ਸੁਣ ਲਣ ਇੱਕ ਟੋਟਲੀ ਮਿੱਠੇ ਕਬੂਤਰਾਂ ਵਾਲੀ ਇਹਨਾਂ ਦੇ ਵਿੱਚ ਨਿਸ਼ਾਨੀ ਆ ਔਰ ਮਿੱਠੇ ਕਬੂਤਰਾਂ ਦੇ ਵਿੱਚ ਇਹ ਵੀ ਆ ਕਿ ਤੁਸੀਂ ਸ਼ਿਕਾਰ ਲਾ ਕੇ ਛੱਡਦੇ ਆ ਉਹ ਆਪਣਾ ਚਕਰਾਂਦੇ ਨਹੀਂ ਪਾਗਲ ਨਹੀਂ ਹੁੰਦੇ ਉਤੋਂ ਛਾਟ ਨਹੀਂ ਹੁੰਦੇ ਆ ਮਤਲਬ ਕਿ ਪਾਣੀ ਤੇ ਜਿਵੇਂ ਆ ਕੇ ਕਬੂਤਰ ਗਿਰਦੇ ਨੇ ਇਸ ਤਰ੍ਹਾਂ ਨਹੀਂ ਗਿਰਦੇ ਜੀ ਦੋਸਤੋ ਤੁਸੀਂ ਸ਼ੌਕ ਚੈੱਕ ਕੀਤਾ ਹੈ ਚੌਧਰੀ ਜ਼ਾਹਦ ਭਾਈ ਦਾ ਇਹ ਸਾਰੇ ਦੋਸਤ ਜਿਹੜੇ ਸਾਂਝੇ ਸ਼ੌਕ ਕਰਦੇ ਨੇ ਅਫਜ਼ਲ ਭਾਈ ਹੋ ਗਿਆ ਹਰੂਨ ਭਾਈ ਐਨਾ ਦੇ ਪਤੀਜੇ ਕਜ਼ਨ ਸਾਰੇ ਬੈਠੇ ਨੇ ਮੁਹੱਬੇ ਗੁਫ਼ਤਗੋ ਨੇ ਸਾਨੂੰ ਟਾਈਮ ਦੇ ਰਹੇ ਨੇ ਜੀ ਬਿਲਾਲ ਭਾਈ ਸ਼ੌਕ ਚੈੱਕ ਕੀਤਾ ਕਿਹਦਾ ਲੱਗਿਆ ਮਾਸ਼ਾਅੱਲਾ ਜੀ ਜ਼ਬਰਦਸਤ ਜ਼ਬਰਦਸਤ ਤੇ ਇੱਕ ਮੈਂ ਜਿਹੜੀ ਕਬੂਤਰ ਦਾ ਨਾਮ ਇਹਨਾਂ ਦੀ ਕਬੂਤਰੀ ਦਾ ਨਾਗ ਬਰੀਡ ਰੱਖਿਆ ਉਹ ਕੈਸੀ ਲੱਗੀ ਤੁਹਾਨੂੰ ਬਹੁਤ ਅੱਛਾ ਜੋੜਾ ਜੋੜਾ ਹੀ ਬਹੁਤ ਜੋੜਾ ਅੱਛਾ ਉਹਨਾਂ ਦੇ ਵਿੱਚ ਜਿਹੜੀ ਕੇਕ ਤੇ ਔਰ ਪਰਫੈਕਟ ਕਬੂਤਰ ਦੇ ਵਿੱਚ ਨਿਸ਼ਾਨੀਆਂ ਹੁੰਦੀਆਂ ਕਿਆ ਉਹਨਾਂ ਚ ਪੂਰੀਆਂ ਕੁਆਲਿਟੀਆਂ ਪੂਰੀਆਂ ਕੁਆਲਿਟੀਆਂ ਨੇ ਮਤਲਬ ਮੈਂ ਕੋਈ ਝੂਠ ਜਾਂ ਫੜ ਤਾਂ ਨਹੀਂ ਮਾਰ ਰਿਹਾ ਕਬੂਤਰ ਖੁਦ ਦੱਸ ਰਹੇ ਨੇ ਵੈ ਅਸਾਂ ਇਤਨੇ ਚੰਗੇ ਆ ਕਿਆ ਬਾਤ ਹੈ ਤੇ ਇੱਕ ਉਸਤਾਦ ਦੇ ਮੁਹਤਰਮ ਮੈਂ ਕੁਐਸਚਨ ਵੀ ਕੀਤਾ ਮਿੱਠੇ ਔਰ ਕੋੜੇ ਕਬੂਤਰਾਂ ਦਾ ਉਹਨਾਂ ਦਾ ਜਵਾਬ ਵੀ ਦਿੱਤਾ ਕਿਆ ਹੈ ਮੇਰੀ ਮਾਲੂਮਾਤ ਬਿਲਕੁਲ ਪਰਫੈਕਟ ਐਵੇਂ ਹੁੰਦੀ ਹੈ ਨਾ ਜੀ ਜਿਤਨੇ ਵੀ ਮੇਰੇ ਇੰਡੀਆ ਦੇ ਵਿੱਚ ਦੋਸਤ ਸਿੱਖ ਭਰਾ ਵੀਡੀਓਜ਼ ਦੇਖਦੇ ਨੇ ਜਾਂ ਅਮਰੀਕਾ ਜਾਂ ਜਿੱਥੇ ਜਿੱਥੇ ਆਸਟ੍ਰੇਲੀਆ ਵਗੈਰਾ ਹੈ ਨੇ ਓ ਉਹ ਦੇਖ ਲੈਣ ਕਿ ਜਿਹੜੇ ਦੋਸਤਾਂ ਨੂੰ ਲੱਗਦਾ ਵਾ ਯਾਰ ਮਿੱਠੇ ਔਰ ਕੋੜੇ ਕਬੂਤਰਾਂ ਦੀ ਕੀ ਨਿਸ਼ਾਨੀ ਹੁੰਦੀ ਆ ਤੇ ਕੀ ਉਹਨਾਂ ਦੇ ਵਿੱਚ ਜਿਹੜੀਆਂ ਆਪਣਾ ਕੁਆਲਿਟੀਆਂ ਹੁੰਦੀਆਂ ਉਹ ਮੈਂ ਇਸ ਵੀਡੀਓਜ਼ ਦੇ ਵਿੱਚ ਜਿਹੜੀਆਂ ਮੈਂ ਦੱਸ ਦਿੱਤੀਆਂ ਵਾ ਸਾਰੇ ਦੋਸਤ ਜਿਹੜੀ ਆ ਉਹ ਚੈੱਕ ਕਰ ਸਕਦੇ ਨੇ ਅਗਰ ਵੀਡੀਓ ਅੱਛੀ ਲੱਗੇ ਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਤੇ ਇਸ ਵੀਡੀਓ ਦੇ ਨਾਲ ਚੌਧਰੀ ਆਸਫ ਪ੍ਰਿੰਸ ਨੂੰ ਇਜਾਜ਼ਤ ਦਿਓ ਆ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਇਨਸ਼ਾਅੱਲਾ ਪਾਕਿਸਤਾਨ ਜ਼ਿੰਦਾਬਾਦ